केपीडी न्यूज, हक सच और इंसाफ की आवाज। केपीडी न्यूज, हक सच और इंसाफ की आवाज। ਇੱਥੇ ਇਵੇਂ ਨੀ ਮੈਂ ਕੰਮ ਚੱਲਣ ਦੇਣਾ ਆਹਦਾ, ਫਿਰ ਜੁੱਲੀ ਬਿਸਤਰਾ ਬੰਨ ਰੱਖ ਤੈਨੂੰ ਪਜਾਣਾ। ਇੱਥੇ ਇਵੇਂ ਨੀ ਮੈਂ ਕੰਮ ਚੱਲਣ ਦੇਣਾ ਆਹਦਾ, ਫਿਰ ਜੁੱਲੀ ਬਿਸਤਰਾ ਬੰਨ ਰੱਖ ਤੈਨੂੰ ਪਜਾਣਾ। ਇੱਥੇ ਇਵੇਂ ਨੀ ਮੈਂ ਕੰਮ ਚੱਲਣ ਦੇਣਾ ਆਹਦਾ, ਫਿਰ ਜੁੱਲੀ ਬਿਸਤਰਾ ਬੰਨ ਰੱਖ ਤੈਨੂੰ ਪਜਾਣਾ। ਇੱਥੇ ਇਵੇਂ ਨੀ ਮੈਂ ਕੰਮ ਚੱਲਣ ਦੇਣਾ ਆਹਦਾ, ਫਿਰ ਜੁੱਲੀ ਬਿਸਤਰਾ ਬੰਨ ਰੱਖ ਤੈਨੂੰ ਪਜਾਣਾ। ਠੀਕ ਹੈ, ਪਜਾ ਦੋ, ਕੋਈ ਜਿੰਨੀ ਤੁਹਾਡੇ ਵਿੱਚ ਘੱਟ ਹੋਵੇ ਮੈਂ ਵੀ ਰਹਿ ਪਾਈ, ਤੁਹਾਡੇ ਚ ਘੱਟ ਹੋਵੇ ਤੁਸੀਂ ਰੱਖ ਲਓ। ਬੀਤੇ ਦਿਨੀ ਫਾਜ਼ਿਲਕਾ ਸਿਟੀ ਥਾਣੇ ਦੀ SHO ਲਵਮੀਤ ਕੌਰ ਅਤੇ ਫਾਜ਼ਿਲਕਾ ਤੋਂ ਕਾਂਗਰਸ ਦੇ ਵਿਧਾਇਕ ਦਵਿੰਦਰ ਘੁਬਾਇਆ ਦੀ ਆਡੀਓ ਵਾਇਰਲ ਦੇ ਮਾਮਲੇ ਵਿੱਚ ਸਿਟੀ ਥਾਣਾ SHO ਦੀ ਬਦਲੀ ਥਾਣਾ ਸਿਟੀ ਜਲਾਲਾਬਾਦ ਵਿੱਚ ਕਰ ਦਿੱਤੀ ਗਈ। ਆਡੀਓ ਵਿੱਚ ਵਿਧਾਇਕ ਨੇ SHO ਨੂੰ ਧਮਕੀ ਦਿੱਤੀ ਸੀ ਕਿ ਤੁਹਾਡਾ ਜੁੱਲੀ ਬਿਸਤਰਾ ਗੋਲ ਕਰਕੇ ਛੇਤੀ ਹੀ ਬਦਲੀ ਕਰਵਾ ਦਿੱਤੀ ਜਾਵੇਗੀ। ਇਸ ਮਾਮਲੇ ਵਿੱਚ ਜਦੋਂ SSP ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬਦਲੀਆਂ ਰੂਟੀਨ ਵਿੱਚ ਹੋਈਆਂ ਹਨ ਅਤੇ ਸਾਡੇ 'ਤੇ ਕਿਸੇ ਵੀ ਤਰ੍ਹਾਂ ਦਾ ਪੋਲੀਟੀਕਲ ਦਬਾਅ ਨਹੀਂ ਸੀ। ਉੱਥੇ ਹੀ ਥਾਣਾ ਸਿਟੀ ਜਲਾਲਾਬਾਦ ਵਿੱਚ ਤੈਨਾਤ ਲਵਮੀਤ ਕੌਰ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਰੂਟੀਨ ਦੀ ਬਦਲੀ ਸੀ, ਸਾਡੇ ਰੂਟੀਨ ਵਿੱਚ ਅਜਿਹੀਆਂ ਬਦਲੀਆਂ ਹੁੰਦੀਆਂ ਰਹਿੰਦੀਆਂ ਹਨ, ਮੈਨੂੰ ਕੋਈ ਸ਼ਿਕਵਾ ਨਹੀਂ ਹੈ, ਮੈਂ ਉੱਥੇ ਵੀ SHO ਲੱਗੀ ਸੀ ਅਤੇ ਇੱਥੇ ਵੀ SHO ਹੀ ਲੱਗੀ ਹਾਂ। ਫਾਜ਼ਿਲਕਾ ਤੋਂ ਸੁਰਿੰਦਰਜੀਤ ਸਿੰਘ ਦੀ ਰਿਪੋਰਟ। ਬਾਤ ਇਹ ਸੀ ਕਿ ਜੋ ਹਮਾਰੀ ਅਭੀ ਜੋ ਟ੍ਰਾਂਸਫਰਸ ਹੋਈ ਨਾ, ਇਹ ਪ੍ਰੋਪਰ ਐਡਮਿਨਿਸਟ੍ਰੇਟਿਵ ਗਰਾਊਂਡ ਪੇ ਟ੍ਰਾਂਸਫਰਸ ਹੋਈ ਹੈ। 11 ਟ੍ਰਾਂਸਫਰਸ ਹੋਈ ਹੈ, ਇਸਮੇ 5 ਥਾਨੋ ਕੇ SHOs ਕੋ ਰੀਸ਼ਫਲ ਕੀਆ ਗਿਆ ਹੈ। CIA ਸਟਾਫ ਇੰਚਾਰਜ ਸੇ ਲੈ ਕੇ OSI ਸੇ ਲੈ ਕੇ ਔਰ ਸਾਰੀ ਬਦਲੀਆਂ ਹੋਈ ਹੈ। ਇਸਮੇ ਇੱਕ ਜੋ ਹੈ ਸਬ ਇੰਸਪੈਕਟਰ ਲਵਮੀਤ ਕੌਰ ਮੈਡਮ, ਜੋ ਪਹਿਲੇ ਯਹਾਂ ਪੇ ਸਿਟੀ ਫਾਜ਼ਿਲਕਾ ਮੇਂ SHO ਥੀ, उनको हमने सिटी जलालाबाद SHO के बतौर नियुक्त किया है। यहाँ पे आने से पहले उन्होंने SHO सिटी जलालाबाद में अच्छा काम किया था, तो इनकी दोबारा वहाँ पे नियुक्ति की गई है। ये इसमें कोई ऐसी पॉलिटिकल दबाव या ऐसी कोई बात नहीं है, जो हुआ है एडमिनिस्ट्रेटिव ग्राउंड्स पे हुआ है। जो पहले उनका इंसिडेंस हुआ था, दैट इज मतलब वो इसका और इस ट्रांसफर का कोई ताल्लुक नहीं। देखो बात ऐसी कि हमें कोई फॉर्मल कंप्लेंट नहीं थी, ना आइदर फ्रॉम SHO ना तो कोई प्राइवेट बंदे की तरफ से, बट जो मैंने एज SSP SHO को जो रिटर्न एक्सप्लेनेशन मांगी और उन्होंने जो रिटर्न में लिख के दिया है कि इन्होंने कोई जान के कोई वीडियो वायरल नहीं किया है, उन्होंने अपने किसी रिश्तेदार ब्रदर को ये सेंड की थी, आगे वो इन्होंने किसी रिश्तेदार को भेजी और वो सोशल मीडिया तक पहुंच गई। इट वाज मतलब अनफॉर्चुनेट, और उन्होंने अपोलॉजी भी मांगी SHO ने, एंड शी इज डूइंग गुड जॉब, अच्छा काम कर रही है। तो इनको हमने एज SHO सिटी फाजिलका की जगह पे SHO सिटी जलालाबाद ये किया, क्योंकि जलालाबाद में पहले भी उन्होंने अच्छा काम किया है और वहाँ पे ऐसी उनकी डिमांड भी थी। तो मैं तो ये कहूँगा कि दबाव नहीं रहता है, पर जो पॉजिटिव जो एक इंटरफेस है कि लोगों ने जो लोक नियुक्त प्रतिनिधि है और जो पब्लिक सर्वेंट है और पब्लिक के जो लोक नियुक्त जो प्रतिनिधि है इनके पास ही जाना होता है, तो पब्लिक उनके पास भी जाती है, पब्लिक सिविल प्रशासन के पास, मान जो DC साहब से लेके SDM साहब या कोई और भी सिविल प्रशासन के जो अधिकारी और पुलिस के अधिकारी के पास भी मिलते, तो पब्लिक ने जाना होता है और पब्लिक की जो सुनवाई या एक दफ्तर से नहीं होती दूसरे दफ्तर, तो ऑब्वियसली एक पब्लिक जाती है, उसमें कोई दबाव वाली बात नहीं है। नहीं सर, ये रूटीन ट्रांसफर्स नहीं, मतलब 4-5 SHOs और भी ट्रांसफर किए हैं।
ਨਹੀਂ ਦੇਖੋ ਹੁਣ ਮੈਂ ਤੁਸੀਂ ਮੈਥ ਕਾ ਉਸ ਤਰ੍ਹਾਂ ਦੀ ਗੱਲ ਤੁਸੀਂ ਆਪਦੇ ਬੇਟੇ ਦੀ ਜਿਹੜੀ ਉਹ ਕਰ ਰਿਹਾ ਅਸਲ ਕੀ ਹੈ ਜਿਹੜੀ ਸਰਕਾਰ ਕੀ ਹੁੰਦੀ ਹੈ ਤੇ ਮੁਲਾਜ਼ਮ ਕੀ ਹੁੰਦੇ ਹੈ ਉਹ ਜਿਹੜਾ ਉਹਨਾਂ ਨੇ ਉਹ ਪ੍ਰੋਟੋਕੋਲ ਦਾ ਦੀ ਬਿਲਕੁਲ ਉਲੰਘਣਾ ਕੀਤੀ ਹੈ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਇੱਕ ਦੂਜੇ ਦੇ ਨੁਮਾਇੰਦੇ ਦੇ ਨਾਲ ਇਸ ਤਰ੍ਹਾਂ ਕੀਤੀ ਤੇ ਆਮ ਆਦਮੀ ਨਾਲ ਕੀ ਕਰ ਸਕਦੇ ਆ ਉਹ ਉਸ ਤਰ੍ਹਾਂ ਦੀ ਗੱਲਾਂ ਠੀਕ ਨੇ ਇੱਕ ਜਿਹੜੀ ਬਦਲੀ ਨੂੰ ਐਸ ਐਚ ਓ ਦੀ ਬਦਲੀ ਨੂੰ ਲੈ ਕੇ ਸ਼ੇਰ ਸਿੰਘ ਘੁਬਾਇਆ ਤੇ ਦਵਿੰਦਰ ਘੁਬਾਇਆ ਦਾ ਨਾਮ ਆ ਰਿਹਾ ਕਿ ਉਹਨਾਂ ਇਹ ਤਾਂ ਦੇਖੋ ਜੀ ਇਹ ਤਾਂ ਐਵੇਂ ਗੱਲਾਂ ਲੋਕਾਂ ਦੀ ਕਰਨੀ ਤਾਂ ਬਦਲੀਆਂ ਤਾਂ ਰੋਜ਼ ਹੀ ਹੁੰਦੀਆਂ ਅੱਜ ਕੋਈ ਨਵੀਂ ਗੱਲ ਥੋੜ੍ਹਾ ਜੀ ਇੱਕ ਨਾ ਥਾਣੇਦਾਰ ਇੱਕ ਥਾਂ ਤੇ ਕਦੇ ਟਿਕ ਰਹਿ ਸਕਦਾ ਨਾ ਕਦੇ ਟਿਕਿਆ ਨਾ ਬਦਲੀਆਂ ਵੀ ਹੁੰਦੀਆਂ ਰਹਿੰਦੀਆਂ ਤੇ ਸਭ ਕੁਛ ਹੁੰਦਾ देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल के पीडी न्यूज़ हक सच और इंसाफ की आवाज़ आपको रखे सबसे आगे।